ਕੱਲ ਦੁਸ਼ਹਿਰੇ ਵਾਲੀ ਸ਼ਾਮ ਨੂੰ ਮਹਾਰਾਸ਼ਟਰ ਦੇ ਵਿੱਚ ਵੱਡੀ ਵਾਰਦਾਤ ਵਾਪਰੀ ਹੈ ਐਨਸੀਪੀ ਦੇ ਲੀਡਰ ਬਾਬਾ ਸਿੱਦਕੀ ਨੂੰ ਗੋਲੀਆਂ ਮਾਰ ਕੇ ਖਤਮ ਕਰ ਦਿੱਤਾ ਗਿਆ ਮਹਾਰਾਸ਼ਟਰ ਦੇ ਸਾਬਕਾ ਮੰਤਰੀ ਤੇ ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਲੀਡਰ ਬਾਬਾ ਜ਼ਿਆਉਦੀਨ ਸਿੱਦਕੀ ਉਰਫ ਬਾਬਾ ਸਿੱਦਕੀ ਨੂੰ ਸ਼ਾਮ ਨੂੰ ਮੁੰਬਈ ਦੇ ਬਾਂਦਰਾ ਪੂਰਬੀ ਇਲਾਕੇ ਵਿੱਚ 2-3 ਅਣਪਛਾਤੇ ਵਿਅਕਤੀਆਂ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਪੁਲਿਸ ਨੇ ਦੱਸਿਆ ਕਿ ਵਾਰਦਾਤ ਤੋਂ ਬਾਅਦ ਮਹਾਰਾਸ਼ਟਰ ਦੇ ਸਾਬਕਾ ਮੰਤਰੀ ਸਿੱਦਕੀ ਨੂੰ ਨੇੜੇ ਦੇ ਲੀਲਾਵਤੀ ਹਸਪਤਾਲ ਦਾਖਲ ਕਰਵਾਇਆ ਗਿਆ ਪਰ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ। NCP ਲੀਡਰ ਸਿੱਦਕੀ ਤੇ ਹਮਲਾ ਨਿਰਮਲ ਨਗਰ ਚ ਕੋਲਗੇਟ ਗਰਾਊਂਡ ਨੇੜੇ ਉਹਨਾਂ ਦੇ ਵਿਧਾਇਕ ਪੁੱਤਰ ਜੀਸ਼ਾਨ ਸਿੱਦਕੀ ਦੇ ਦਫ਼ਤਰ ਦੇ ਮੂਹਰੇ ਕੀਤਾ ਗਿਆ। ਹਮਲਾਵਰ ਤੋ ਤਿੰਨ ਗੋਲੀਆਂ ਚਲਾਈਆਂ ਜਿਨ੍ਹਾਂ ਦੇ ਵਿੱਚੋਂ ਇੱਕ ਗੋਲੀ ਸਿੱਦਕੀ ਦੀ ਛਾਤੀ ਵਿੱਚ ਵੱਜੀ ਬਾਂਦਰਾ ਵੈਸਟ ਤੋਂ ਤਿੰਨ ਵਾਰੀ ਦੇ ਵਿਧਾਇਕ ਬਾਬਾ ਸਿੱਦਕੀ ਫਰਵਰੀ ਮਹੀਨੇ ਵਿੱਚ ਕਾਂਗਰਸ ਪਾਰਟੀ ਨੂੰ ਛੱਡ ਕੇ ਅਜੀਤ ਪਵਾਰ ਦੀ ਅਗਵਾਈ ਵਾਲੇ ਐਨਸੀਪੀ ਧੜੇ ਦੇ ਵਿੱਚ ਸ਼ਾਮਲ ਹੋ ਗਏ ਸਨ ਇਸ ਵਾਰ ਦਾ ਤੋਂ ਬਾਅਦ ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਪ੍ਰੈਸ ਕਾਨਫਰੰਸ ਕਰਕੇ ਬਾਬਾ ਸਿੱਦਕੀ ਦੇ ਦੇਹਾਂਤ ਦੀ ਪੁਸ਼ਟੀ ਕੀਤੀ ਮੁੱਖ ਮੰਤਰੀ ਸ਼ਿੰਦੇ ਨੇ ਦੱਸਿਆ ਕਿ ਇਸ ਮਾਮਲੇ ਦੇ ਵਿੱਚ ਦੋ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਇੱਕ ਫਰਾਰ ਹੈ ਗ੍ਰਿਫਤਾਰ ਹੋਇਆ ਇੱਕ ਮੁਲਜ਼ਮ ਹਰਿਆਣਾ ਤੇ ਇੱਕ ਉੱਤਰ ਪ੍ਰਦੇਸ਼ ਦਾ ਹੈ ਮੁੱਖ ਮੰਤਰੀ ਨੇ ਆਪਣੇ ਐਕਸ ਖਾਤੇ ਤੇ ਵੀ ਸ਼ਰਧਾਂਜਲੀ ਦਿੰਦਿਆਂ ਕਿਹਾ ਕਿ ਮੈਂ ਆਪਣਾ ਇੱਕ ਚੰਗਾ ਸਹਿਯੋਗੀ ਤੇ ਦੋਸਤ ਗਵਾ ਦਿੱਤਾ ਹੈ ਇਸ ਕਾਇਰਤਾਪੂਰਨ ਹਮਲੇ ਦੀ ਮੈਂ ਸਖਤ ਨਿੰਦਿਆ ਕਰਦਾ ਹਾਂ ਤੇ ਬਾਬਾ ਸਿੱਦਕੀ ਨੂੰ ਪਾਪ ਨਿਸ਼ਰਧਾਂਜਲੀ ਭੇਂਟ ਕਰਦਾ ਬਾਬਾ ਸਿੱਦਕੀ ਦੀ ਜਿੰਨੀ ਪકડ ਸਿਆਸਤ ਵਿੱਚ ਸੀ ਉਨਹੀ ਬਾਲੀਵੁੱਡ ਦੇ ਵਿੱਚ ਦੱਸੀ ਜਾਂਦੀ ਸੀ ਸਿਆਸਤ ਦੇ ਵਿੱਚ ਤਾਂ ਪੈਰ ਸਿੱਦਕੀ ਨੇ 16-17 ਸਾਲ ਦੀ ਉਮਰ ਦੇ ਵਿੱਚ ਹੀ ਧਰ ਲਿਆ ਸੀ ਤੇ ਬਾਲੀਵੁੱਡ ਦੇ ਵਿੱਚ ਆਪਣੀਆਂ ਕਰੀਬੀਆਂ ਦੀ ਵਜ੍ਹਾ ਕਰਕੇ ਵੀ ਉਹ ਅਕਸਰ ਸੁਰੱਖੀਆਂ ਦੇ ਵਿੱਚ ਰਹਿੰਦੇ ਸਨ ਤੇ ਹਰ ਸਾਲ ਰਮਜ਼ਾਨ ਦੇ ਮਹੀਨੇ ਦੇ ਵਿੱਚ ਬਾਬਾ ਸਿੱਦਕੀ ਦੀ ਇਫਤਾਰ ਪਾਰਟੀ ਚਰਚਾ ਵਿੱਚ ਰਹਿੰਦੀ ਸੀ ਜਿਸ ਵਿੱਚ ਬਾਲੀਵੁੱਡ ਦੀਆਂ ਵੱਡੀਆਂ ਹਸਤੀਆਂ ਸ਼ਾਹਰੂਖ ਖਾਨ, ਅਮੀਰ ਖਾਨ, ਸਲਮਾਨ ਖਾਨ ਤੋਂ ਲੈ ਕੇ ਸੰਜੀਤ ਦੱਤ ਤੱਕ ਆਉਂਦੇ ਸਨ ਹਰਿਆਣਾ ਦੀ ਨਵੀਂ ਬਣੀ ਸਰਕਾਰ ਦਾ ਸੌਂਚ ਚੁੱਕ ਸਮਾਗਮ ਹੁਣ 17 ਅਕਤੂਬਰ ਨੂੰ ਹੋਵੇਗਾ ਪਹਿਲਾਂ 12 ਨੂੰ ਕਿਹਾ ਜਾ ਰਿਹਾ ਸੀ ਫੇਰ 15 ਤਰੀਕ ਆਈ ਤੇ ਹੁਣ ਆਖਿਰਕਾਰ ਤੀਜੀ ਵਾਰੀ ਤਰੀਕ ਬਦਲ ਕੇ ਇਸ ਨੂੰ 17 ਅਕਤੂਬਰ ਕਰ ਦਿੱਤਾ ਗਿਆ ਹੈ ਸਾਂਝਕ ਸਮਾਗਮ ਦੀ ਤਾਰੀਖ ਬਦਲਣ ਦਾ ਫੈਸਲਾ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਕਾਰਜਕਾਰੀ ਮੁੱਖ ਮੰਤਰੀ ਨਾਇਬ ਸੈਣੀ ਨਾਲ ਹੋਈ ਬੈਠਕ ਤੋਂ ਬਾਅਦ ਲਿਆ ਗਿਆ। 4 ਦਿਨ ਪਹਿਲਾਂ ਕੋਟਕਪੂਰੇ ਦੇ ਪਿੰਡ ਹਰੀਨੌਂ ਦੇ ਵਿੱਚ ਖਤਮ ਕੀਤੇ ਗਏ ਮਰਹੂਮ ਦੀਪ ਸਿੱਧੂ ਦੇ ਸਾਥੀ ਗੁਰਪ੍ਰੀਤ ਸਿੰਘ ਦਾ ਹਾਲੇ ਵੀ ਅੰਤਿਮ ਸੰਸਕਾਰ ਨਹੀਂ ਹੋ ਸਕਿਆ। ਪਰਿਵਾਰਿਕ ਮੈਂਬਰਾਂ ਨੇ ਸਪਸ਼ਟ ਕਰ ਦਿੱਤਾ ਹੈ ਕਿ ਉਹ ਸੰਸਕਾਰ ਉਦੋਂ ਤੱਕ ਨਹੀਂ ਕਰਨਗੇ ਜਦੋਂ ਤੱਕ ਪੁਲਿਸ ਉਹਨਾਂ ਦੇ ਪੁੱਤ ਦੇ ਕਾਤਲਾਂ ਦਾ ਪਤਾ ਨਹੀਂ ਲਾ ਲੈਂਦੀ। 4 ਦਿਨਾਂ ਦੀ ਤਫ਼ਤੀਸ਼ ਤਰਾਂ ਪੁਲਿਸ ਨੂੰ ਪਰ ਹਾਲੇ ਤੱਕ ਕੋਈ ਉੱਗ ਸੁਗ ਨਹੀਂ ਮਿਲੀ ਕਿ ਕੌਣ ਗੁਰਪ੍ਰੀਤ ਸਿੰਘ ਹਰੀਨੌਂ ਨੂੰ ਗੋਲੀਆਂ ਨਾਲ ਪੁੱਨ ਕੇ ਚਲਾ ਗਿਆ। ਗੁਰਪ੍ਰੀਤ ਸਿੰਘ ਦੀ ਉਮਰ ਮਹਿਜ਼ 36 ਸਾਲ ਦੀ ਸੀ ਉਸਦੇ ਪਿਤਾ ਹਾਕਮ ਸਿੰਘ ਨੇ ਦੱਸਿਆ ਕਿ ਪੁਲਿਸ ਇਸ ਮਾਮਲੇ ਦੇ ਵਿੱਚ ਢਿੱਲੀ ਕਾਰਵਾਈ ਕਰ ਰਹੀ ਹੈ ਪੰਜਾਬ विधानसभा ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਕਿਹਾ ਕਿ ਉਹਨਾਂ ਨੇ ਇਸ ਬਾਰੇ ਉੱਚ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਕੇਸ ਨੂੰ ਪਹਿਲ ਦੇ ਆਧਾਰ ਤੇ ਹੱਲ ਕੀਤਾ ਜਾਵੇ ਪੁਲਿਸ ਨੂੰ ਹਾਲਾਂਕਿ ਵਾਰਦਾਤ ਦੇ ਮੌਕੇ ਤੋਂ ਸੀਸੀਟੀਵੀ ਕੈਮਰਿਆਂ ਵਿੱਚ ਕੁਝ ਤਸਵੀਰਾਂ ਵੀ ਮਿਲੀਆਂ ਨੇ ਜਿਨ੍ਹਾਂ ਵਿੱਚ ਕੁਝ ਨੌਜਵਾਨ ਮੋਟਰਸਾਈਕਲ ਤੇ ਫਰਾਰ ਹੁੰਦੇ ਦਿਖਾਈ ਦੇ ਰਹੇ ਨੇ ਪੰਜਾਬ ਦੇ ਸਾਬਜ਼ਾਦਾ ਅਜੀਤ ਸਿੰਘ ਨਗਰ ਮੁਹਾਲੀ ਦੇ ਡੀਸੀ ਕਮ ਜ਼ਿਲ੍ਹਾ ਮੈਜਿਸਟਰੇਟ ਆਸ਼ਿਕਾ ਜੈਨ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ 100 ਮੀਟਰ ਦੇ ਘੇਰੇ ਵਿੱਚ ਧਰਨੇ ਤੇ ਰੈਲੀਆਂ ਕਰਨ ਤੇ ਪਾਬੰਦੀ ਲਾਉਣ ਦਾ ਹੁਕਮ ਜਾਰੀ ਕਰ ਦਿੱਤਾ ਹੈ। ਇਹ ਹੁਕਮ 11 ਅਕਤੂਬਰ ਤੋਂ ਲਾਗੂ ਹੋ ਕੇ 10 ਦਸੰਬਰ ਤੱਕ ਜਾਰੀ ਰਹਿਣਗੇ। ਮੋਹਾਲੀ ਜ਼ਿਲ੍ਹੇ ਦੇ ਹੱਦ ਅੰਦਰ ਪੈਣੀਆਂ ਸਾਰੀਆਂ ਪਾਣੀ ਵਾਲੀਆਂ ਟੈਂਕੀਆਂ, ਟਿਊਬਵੈੱਲਾਂ, ਟੈਲੀਫੋਨ ਟਾਵਰ, ਸਰਕਾਰੀ ਤੇ ਨਿੱਜੀ ਇਮਾਰਤਾਂ ਤੇ ਚੜ੍ਹਨਾ ਅਤੇ ਇਹਨਾਂ ਦੇ ਆਲੇ-ਦੁਆਲੇ ਧਰਨੇ ਤੇ ਰੈਲੀਆਂ ਨਹੀਂ ਕੀਤੀਆਂ ਜਾ ਸਕਦੀਆਂ। ਸੜਕਾਂ ਜਾਮ ਕਰਨ ਤੇ ਵੀ ਪੂਰਨ ਪਾਬੰਦੀ ਹੈ। ਸੂਨਾ ਹਕਮਾਂ ਦੇ ਨਾਲ ਪੰਜਾਬ ਤੋਂ ਜਿਹੜੇ ਵੱਖ-ਵੱਖ ਜਥੇਬੰਦੀਆਂ ਦੇ ਲੋਕ ਰੋਸ ਮੁਜ਼ਾਰੇ ਕਰਨ ਪਹੁੰਚਦੇ ਨੇ ਧਰਨੇ ਲਾਉਣ ਪਹੁੰਚਦੇ ਨੇ ਉਹਨਾਂ ਦੇ ਲਈ ਇਹ ਜ਼ਰੂਰ ਵੱਡੀ ਮੁਸ਼ਕਲ ਵਾਲੀ ਗੱਲ ਹੈ